ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਆ ਸਾਡੇ ਪੰਜਾਬੀ ਟੈਕ ਚੈਨਲ 'ਤੇ। ਅੱਜ ਦੀ ਵੀਡੀਓ ਪੰਜਾਬ ਬੋਰਡ ਦੇ ਸਟੂਡੈਂਟਸ ਨੇ ਜਿਨ੍ਹਾਂ ਦੇ 10ਵੀਂ 12ਵੀਂ ਜਾਂ ਕੋਈ ਵੀ ਬੋਰਡ ਦੇ ਸਰਟੀਫਿਕੇਟ ਦੇ ਉੱਤੇ ਨਾਮ, ਜਨਮ ਮਿਤੀ ਜਾਂ ਪਿਤਾ ਦਾ ਨਾਮ ਜਾਂ ਕਿਸੇ ਵੀ ਪ੍ਰਕਾਰ ਦੀ ਕੋਈ ਗਲਤੀ ਆ ਉਹਨੂੰ ਸਹੀ ਕਰਨਾ, ਉਹ ਤੁਹਾਨੂੰ ਦੱਸਦੇ ਹਾਂ। ਫਾਰਮ ਕਿਵੇਂ ਭਰਨਾ ਇਕੱਲੀ ਇਕੱਲੀ ਡਿਟੇਲ ਦੱਸਾਂਗਾ, ਪਲੀਜ਼ ਵੀਡੀਓ ਸਕਿੱਪ ਨਾ ਕਰਿਓ। ਦੱਸਾਂਗਾ ਕਿੱਥੇ ਜਮ੍ਹਾਂ ਕਰਾਉਣਾ, ਕਿੰਨੀ ਫੀਸ ਆ, ਕਿਹੜੀ ਚੀਜ਼ ਨਾਲ ਕਿੱਥੋਂ ਤੁਸੀਂ ਪਹਿਲਾਂ ਸਰਟੀਫਿਕੇਟ ਨੂੰ ਵੈਰੀਫਾਈ ਕਰਾਉਣਾ ਗਾ, ਕਿਹੜੇ ਕਿਹੜੇ ਡਾਕੂਮੈਂਟ ਲੱਗਣਗੇ, ਇਕੱਲੀ ਇਕੱਲੀ ਚੀਜ਼ ਦੱਸਾਂਗਾ। ਇੱਕ ਮੈਂ ਤੁਹਾਨੂੰ ਹੋਰ ਇਨਫੋਰਮੇਸ਼ਨ ਦੇਣਾ ਚਾਹੁੰਦਾ, ਮੈਂ ਅੱਜ ਮਤਲਬ ਵੀ ਕੋਸ਼ਿਸ਼ ਕਰੀਏ ਵੀ ਹਰ ਇੱਕ ਕਮੈਂਟ ਦਾ ਮੈਂ ਜਵਾਬ ਦੇ ਦਾਂ, ਪਰ ਕਮੈਂਟ ਦੇ ਵਿੱਚ ਕਈ ਵਾਰ ਕਿਸੇ ਨੂੰ ਸਮਝ ਨਹੀਂ ਲੱਗਦੀ, ਅਤੇ ਇਸ ਲਈ ਮੈਂ ਇੱਕ ਈਮੇਲ ID ਆਪਣੀ ਡਿਸਕ੍ਰਿਪਸ਼ਨ ਦੇ ਵਿੱਚ ਪਾਵਾਂਗਾ। ਉਹ ਮੇਲ ID ਦੇ ਉੱਤੇ ਤੁਸੀਂ ਆਪਣਾ ਨੰਬਰ ਵੀ ਦੇ ਸਕਦੇ ਹੋ, ਪਲੱਸ ਤੁਹਾਡੀ ਕੋਈ ਪ੍ਰੋਬਲਮ ਆ ਰਹੀ ਆ ਤਾਂ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ, ਉਹ ਸਕਰੀਨਸ਼ੋਟ ਪਾ ਸਕਦੇ ਹੋ, ਕਿਉਂਕਿ ਕਮੈਂਟ ਦੇ ਵਿੱਚ ਤੁਸੀਂ ਸਕਰੀਨਸ਼ੋਟ ਜਾਂ ਮੇਲ ਨੰਬਰ ਨਹੀਂ ਪਾ ਸਕਦੇ, ਇਸ ਕਰਕੇ ਉਹ ਮੇਲ 'ਤੇ ਕਰ ਸਕਦੇ ਹੋ। ਠੀਕ ਹੈ, ਹੁਣ ਮੈਂ ਤੁਹਾਨੂੰ ਦੱਸਦਾ ਇਹ ਕਿਵੇਂ ਤੁਸੀਂ ਜਿਹੜੀ ਫਾਈਲ ਆ ਭਰ ਸਕਦੇ ਹੋ ਅਤੇ ਕਿੱਥੇ ਜਮ੍ਹਾਂ ਕਰਾਉਣੀ ਹੈ, A to Z ਡਿਟੇਲ ਇਹ ਵੀਡੀਓ ਦੇ ਵਿੱਚ। ਕਿਸੇ ਵੀ ਬਰਾਊਜ਼ਰ ਦੇ ਵਿੱਚ ਸਰਚ ਕਰੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਪਹਿਲੀ ਨੰਬਰ 'ਤੇ ਜੋ ਸਾਈਟ ਆਏਗੀ ਉਹਨੂੰ ਓਪਨ ਕਰ ਲਿਓ। ਜਦੋਂ ਓਪਨ ਕਰੋਗੇ ਤਾਂ ਨੀਚੇ ਆ ਕੇ ਔਨਲਾਈਨ ਫਾਰਮ ਦੇ ਥੱਲੇ ਡੁਪਲੀਕੇਟ ਸੈਕਸ਼ਨ ਆ ਜਾਏਗਾ, ਇਹਦੇ ਵਿੱਚ ਜਾ ਕੇ ਇੱਥੇ ਜਿੱਥੇ ਮੈਂ ਸ਼ੋ ਕਰ ਰਿਹਾ ਇੱਥੇ ਤੁਸੀਂ ਕਰੈਕਸ਼ਨ ਕਰ ਸਕਦੇ ਹੋ। ਇਹ ਨੰਬਰ 'ਤੇ ਕਲਿੱਕ ਕਰਨਾ, ਫਾਰਮ ਓਪਨ ਹੋਏਗਾ, ਇਹ ਫਾਰਮ 'ਤੇ ਦੇਖ ਲੈਣਾ ਤੁਸੀਂ। ਆਹ ਮੈਂ ਫਾਰਮ ਡੈਮੋ ਦਿਖਾਇਆ, ਆਹ ਮੈਂ ਸਾਰਾ ਫਾਰਮ ਭਰ ਕੇ ਦਿਖਾਇਆ। ਦੇਖੋ ਪਹਿਲੇ ਨੰਬਰ 'ਤੇ ਜ਼ਿਲ੍ਹਾ ਨਾਮ, ਜ਼ਿਲ੍ਹੇ ਨਾਮ ਦੇ ਵਿੱਚ ਆਪਦੇ ਜ਼ਿਲ੍ਹੇ ਦਾ ਨਾਮ ਦੱਸ ਦੇਣਾ। ਸੋਧ ਦਾ ਵੇਰਵਾ, ਸੋਧ ਦਾ ਵੇਰਵਾ ਮਤਲਬ ਕੀ ਚੀਜ਼ ਸੋਧ ਕਰਨੀ ਚਾਹੁੰਦੇ ਹੋ, ਜਨਮ ਮਿਤੀ ਦੇ ਮਹੀਨੇ ਦੇ ਵਿੱਚ ਸੋਧ ਕਰਨੀ ਚਾਹੁੰਦੇ ਹੋ। ਠੀਕ ਹੈ ਜੀ, ਸੋਧ ਕਰਾਉਣ ਦਾ ਕਾਰਨ, ਕਾਰਨ ਕੁਛ ਵੀ ਲਿਖ ਸਕਦੇ ਹੋ, ਅਸੀਂ ਪਾਸਪੋਰਟ ਬਣਵਾਉਣਾ ਗਾ ਜਾਂ ਆਹ ਕਾਰਨ ਕਰਕੇ ਸਾਡਾ ਜਨਮ ਮਿਤੀ ਗਲਤ ਆ, ਕੋਈ ਵੀ ਨੰਬਰ ਲਿਖ ਸਕਦੇ ਹੋ। ਠੀਕ ਹੈ, ਇਦੂ ਬਾਅਦ ਆਹ ਜਿਹੜੀ ਰਕਮ ਆ, ਰਸੀਦ ਨੰਬਰ, ਇਹ ਸਾਰਾ ਆਫਿਸ ਵਰਕ ਹੈ, ਉਹ ਭਰਨਗੇ। ਪ੍ਰਖਿਆਤੀ ਦਾ ਨਾਮ, ਠੀਕ ਹੈ, ਇਹ ਤੁਸੀਂ ਇੱਧਰਲੀ ਸਾਈਡ ਜਿਹੜਾ ਡਿਟੇਲ ਆਵੇਗੀ ਸਾਰੀ, ਇਹਦੇ ਵਿੱਚ ਤੁਸੀਂ ਉਹ ਭਰਨਾ ਜਿਹੜਾ ਤੁਹਾਡਾ ਕਰੰਟ ਮਤਲਬ ਹੁਣ ਵਾਲਾ ਪੁਰਾਣੇ ਵਾਲੇ ਸਰਟੀਫਿਕੇਟ ਦੇ ਉੱਤੇ ਨਾਮ ਆ। ਠੀਕ ਆ, ਇਹ ਪਹਿਲੇ ਨਾਂ ਦੇ ਉੱਤੇ ਦੇਖੋ ਪੰਜਾਬੀ ਦੇ ਵਿੱਚ ਨਾਮ ਪਾਤਾ, ਪਿਤਾ ਦਾ ਨਾਮ, ਮਾਤਾ ਦਾ ਨਾਮ, ਫਿਰ ਕੈਂਡੀਡੇਟ ਨੇਮ ਦੇ ਵਿੱਚ ਇੰਗਲਿਸ਼ ਦੇ ਵਿੱਚ ਕੈਪੀਟਲ ਅੱਖਰ ਦੇ ਵਿੱਚ ਪਾਇਓ। ਜਿਹੜੀ ਹੈਂਡ ਰਾਈਟਿੰਗ ਹੈ ਨਾ ਉਹ ਥੋੜ੍ਹੀ ਸਾਫ਼ ਹੋਵੇ, ਜਿੱਦਾਂ ਇਹ ਫਾਰਮ ਦੇ ਵਿੱਚ ਭਰਿਆ ਵਾ ਤੁਹਾਨੂੰ ਦੇਖ ਹੀ ਰਿਹਾ ਹੋਊਗਾ, ਕੋਈ ਕਲੀਅਰਟੀ ਨਹੀਂ ਆ ਰਹੀ ਹੈ ਨਾ, ਫਾਰਮ ਪੂਰਾ ਕਲੀਅਰ ਭਰਿਓ। ਉਸ ਤੋਂ ਬਾਅਦ ਦੇਖੋ ਪਹਿਲੇ ਕੋਲਮ ਦੇ ਵਿੱਚ ਜਿਹੜਾ ਤੁਹਾਡਾ ਡਾਕੂਮੈਂਟ ਦੇ ਉੱਤੇ ਨਾਮ ਆ ਉਹ ਪਾਉਣਾ, ਮਤਲਬ ਜਿਹੜਾ ਪੁਰਾਣਾ ਹੈਗਾ। ਦੂਸਰੇ ਜਿਹੜਾ ਇੱਧਰ ਟੇਬਲ ਬਣਿਆ ਹੋਇਆ ਉਹਦੇ ਵਿੱਚ ਕਰੈਕਸ਼ਨ ਜੋ ਕਰਾਉਣੀ ਹੈ, ਦੇਖੋ ਜਿਹੜੀ ਚੀਜ਼ ਦੀ ਕਰੈਕਸ਼ਨ ਕਰਾਉਣੀ ਹੈ ਉਹ ਤਾਂ ਨਾਮ ਪਾਉਣਾ ਹੀ ਪਾਉਣਾ, ਜਿਹੜੇ ਕੁਰੈਕਟ ਹੈ ਉਹ ਵੀ ਤੁਹਾਨੂੰ ਇੱਥੇ ਪਾਉਣੇ ਪੈਣਗੇ। ਠੀਕ ਹੈ ਜੀ, ਅਤੇ ਇਹਦੂ ਬਾਅਦ ਰਜਿਸਟ੍ਰੇਸ਼ਨ ਨੰਬਰ, ਡੇਟ ਆਫ ਬਰਥ, ਇੱਥੇ ਡੇਟ ਆਫ ਬਰਥ ਮੈਂ ਸਹੀ ਕਰਾਉਣੀ ਹੈ, ਇੱਥੇ ਮੈਂ ਮਿਸ ਕਰ ਗਿਆ, ਡੇਟ ਆਫ ਬਰਥ ਪਾਉਣੀ ਹੈ ਜਿਹੜੀ ਸਹੀ ਆ, ਮਤਲਬ ਉਹ ਦੂਜੇ ਕੋਲਮ 'ਚ ਜਿਹੜੀ ਤੁਹਾਡੀ ਪਹਿਲਾਂ ਗਲਤ ਹੋਈ ਹੈ ਉਹ ਪਹਿਲੇ ਕੋਲਮ ਦੇ ਵਿੱਚ ਪਾਉਣੀ ਹੈ। ਇਹ ਸਾਰੀ ਡਿਟੇਲ ਪਾਉਣ ਤੋਂ ਬਾਅਦ, ਰਜਿਸਟ੍ਰੇਸ਼ਨ ਨੰਬਰ ਪਾਉਣ ਤੋਂ ਬਾਅਦ, A to Z ਡਿਟੇਲ ਪਾਉਣ ਤੋਂ ਬਾਅਦ, ਈਮੇਲ ID, ਐਡਰੈਸ ਅਤੇ ਤੁਹਾਡਾ ਡਿਸਟ੍ਰਿਕਟ, ਸਾਰੀ ਡਿਟੇਲ ਪਾ ਦੇਣੀ ਹੈ। ਅਤੇ ਦੂਜਾ 8ਵੀਂ 10ਵੀਂ 12ਵੀਂ ਦੇ ਜਿਹੜੇ ਵੀ ਹੈ ਨਾ ਨਤੀਜੇ ਆ, ਉਹਦੇ ਵਿੱਚ ਰੋਲ ਨੰਬਰ, ਕਿਹੜੇ ਸਕੂਲ ਦੇ ਵਿੱਚ ਕਰਿਆ, ਕਦੋਂ ਦਾਖਲਾ ਲਿਆ ਸੀ ਅਤੇ ਕਦੋਂ ਸਕੂਲ 'ਚੋਂ ਪਾਸ ਆਊਟ ਹੋਏ ਸੀ, ਇਹ ਡਿਟੇਲ ਪਾ ਦੇਣੀ ਹੈ। ਫਿਰ ਉਦੋਂ ਬਾਅਦ ਨੰਬਰ, ਕਿਹੜੇ ਕਿਹੜੇ ਸਬਜੈਕਟ ਪੜ੍ਹੇ ਸੀ, ਇਹ ਸਾਰੀ ਡਿਟੇਲ ਪਾਉਣ ਤੋਂ ਬਾਅਦ ਥੱਲੇ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਸੈਨ ਕਰ ਦੇਣੇ ਆ। ਜਦੋਂ ਆਹ ਨੀਚੇ ਵਾਲਾ ਕੋਲਮ ਆ ਜਾਂਦਾ ਜਿੱਥੇ ਨਾਮ ਰੱਖਿਆ ਹੋਇਆ ਸੀ ਪਿਤਾ ਦਾ ਨਾਮ ਜਾਂ ਮਾਤਾ ਦਾ ਨਾਮ ਆ, ਉਹ ਪਾਉਣ ਤੋਂ ਬਾਅਦ ਇੱਥੇ ਥੱਲੇ ਸਕੂਲ ਦੇ ਮੁੱਖ ਅਫਸਰ, ਜਿੱਦਾਂ ਵੀ ਕੋਈ ਵੀ ਸਕੂਲ ਦੇ ਮੁੱਖ ਅਫਸਰ ਤੋਂ ਤੁਹਾਨੂੰ ਸਾਈਨ ਕਰਾਉਣੇ ਪੈਣੇ ਇਹਦੇ ਵਿੱਚ। ਠੀਕ ਹੈ, ਕਿਉਂਕਿ ਰੀਜ਼ਨ ਇਹ ਆ ਵੀ ਉਹਨੂੰ ਤਸਦੀਕ ਕਰਾਉਣਾ ਪੈਣਾ, ਆਹ ਫਾਰਮ ਉਹ ਆ ਜਿਹੜਾ ਖਾਲੀ ਆ, ਇੱਦਾਂ ਦਾ ਫਾਰਮ ਹੋਵੇਗਾ, ਆਹ ਕਰਨਾ, ਸਾਰੀ ਡਿਟੇਲ ਤੁਸੀਂ ਪਹਿਲਾਂ ਭਰਨੀ ਆ, ਹੈ ਨਾ। ਆਹ ਦੇਖੋ, ਇਦੂ ਬਾਅਦ ਫਾਰਮ ਨੂੰ ਤਸਦੀਕ ਕਰਾਉਣ ਦਾ ਮਤਲਬ ਜੀ ਤੋਂ ਤੁਸੀਂ ਇਹ ਵੈਰੀਫਾਈ ਕਰਾਉਣਾ ਗਾ, ਵੈਰੀਫਾਈ ਕਿਹਤੋਂ ਕਰਾਉਣਾ ਗਾ, ਜੇ ਤਾਂ ਤੁਸੀਂ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਹੋ ਤਾਂ ਉੱਥੋਂ ਦੇ ਪ੍ਰਿੰਸੀਪਲ ਤੋਂ ਕਰਵਾ ਸਕਦੇ ਹੋ, ਜੇ ਤੁਹਾਡਾ ਸਕੂਲ ਉਹ ਬੰਦ ਹੋ ਚੁੱਕਿਆ ਜਾਂ ਉਹ ਪ੍ਰਾਈਵੇਟ ਸਕੂਲ ਆ ਤਾਂ ਤੁਸੀਂ ਗਜ਼ਟਡ ਅਫਸਰ, ਪਹਿਲੇ ਦਰਜੇ ਦਾ ਗਜ਼ਟਡ ਅਫਸਰ ਇੱਕ ਪ੍ਰਿੰਸੀਪਲ ਹੁੰਦਾ ਜਾਂ MBBS ਡਾਕਟਰ ਹੁੰਦਾ, ਉਹਦੇ ਤੋਂ ਤੁਸੀਂ ਆਪਣੇ ਜਿਹੜੇ ਡਾਕੂਮੈਂਟ ਨਾਲ ਲਾਉਣੇ ਆ ਉਹ ਵੈਰੀਫਾਈ ਕਰਵਾਉਣੇ ਆ। ਠੀਕ ਹੈ ਜੀ, ਇਦੂ ਬਾਅਦ ਉਹ ਫੀਸ ਆ ਜਿਹੜੀ, ਉਹ ਫੀਸ ਤੁਸੀਂ ਨੇੜੇ ਦੇ ਖੇਤਰੀ ਕੇਂਦਰ ਤੁਹਾਨੂੰ ਜਿਹੜਾ ਮਿਲੇਗਾ, ਜਿੱਦਾਂ ਜ਼ਿਲ੍ਹਾ ਬਰਨਾਲਾ ਉਹਦਾ ਖੇਤਰੀ ਕੇਂਦਰ ਬਰਨਾਲੇ ਜ਼ਿਲ੍ਹੇ ਦੇ ਵਿੱਚ ਹੋਵੇਗਾ, ਮੋਗੇ ਦਾ ਮੋਗੇ ਜ਼ਿਲ੍ਹੇ ਦੇ ਵਿੱਚ ਹੋਵੇਗਾ। ਜਿਹੜੀ ਚੀਜ਼ ਦੀ ਤੁਸੀਂ ਕਰੈਕਸ਼ਨ ਕਰਾਉਂਦੇ ਆ ਉਹਦੀ ਡਿਟੇਲ ਪੂਰੀ ਫਾਰਮ ਦੇ ਥੱਲੇ ਦਿੱਤੀ ਹੋਈ ਆ, ਕੀ ਚੀਜ਼ ਤੁਹਾਡੇ ਨਾਲ ਲੱਗੇਗੀ ਉਹ ਸਾਰਾ ਫਾਰਮ ਡਾਊਨਲੋਡ ਕਰਕੇ ਭਰ ਲੈਣਾ। ਜਦੋਂ ਦੇਖੋ ਸਟੂਡੈਂਟ ਦਾ ਨਾਮ ਦੀ ਸੋਧ ਕਰਾਉਣੀ ਆ ਤਾਂ ਆਹ ਦੇਖੋ, ਸੋਧ ਲਈ ਤੁਹਾਨੂੰ ਕੀ ਕਰਨਾ ਪਵੇਗਾ, ਪਹਿਲਾਂ ਤਾਂ ਤੁਹਾਨੂੰ ਜਿਹੜਾ ਜਿਹਦੇ ਵਿੱਚ ਨਾਮ ਸਹੀ ਆ ਉਹ ਸਰਟੀਫਿਕੇਟ ਲਾਉਣੇ ਆ। ਇੱਕ ਇੱਧਰ ਦੇਖੋ ਪਹਿਲੇ ਨੰਬਰ 'ਤੇ ਲਿਖਿਆ ਹੋਇਆ ਸਰਟੀਫਿਕੇਟ, ਜਿਹੜੀ 'ਤੇ ਸੋਧ ਕਰਾਉਣੀ ਓਰੀਜਨਲ ਲਾਉਣਾ ਗਾ। ਫਿਰ ਉਸ ਤੋਂ ਬਾਅਦ ਹੇਠਲੇ ਜਿਹੜੇ ਸਾਰੇ ਡਾਕੂਮੈਂਟ ਲਾਉਣੇ ਆ ਉਹ ਤੁਹਾਨੂੰ ਵੈਰੀਫਾਈ ਕਰਾਏ ਹੋਣੇ ਲਾਉਣੇ ਚਾਹੀਦੇ ਆ, ਆਧਾਰ ਕਾਰਡ, ਵੋਟਰ ਕਾਰਡ ਜੋ ਵੀ ਆ
ਉਹ ਤੁਹਾਡੇ ਸਾਰੇ ਕਿਸੇ ਪ੍ਰਿੰਸੀਪਲ ਜਾਂ ਕਿਸੇ ਸਰਕਾਰੀ ਅਹੁਦੇ ਦੇ ਡਾਕਟਰ ਤੋਂ ਕਰਵਾ ਸਕਦੇ ਹੋ। ਮਤਲਬ ਏ ਕਲਾਸ ਦੇ ਜਿਹੜੇ ਗਜ਼ਟਡ ਆਫਿਸਰ ਉਹਨਾਂ ਤੋਂ ਕਰਾਉਣਾ। ਇਹਦੀ ਫੀਸ ਪ੍ਰਤੀ ਗਲਤੀ ਦੀ ਫੀਸ 1200 ਰੁਪਈਆ, 800 ਰੁਪਈਆ ਦੀ ਦਰੁਸਤੀ ਸਰਟੀਫਿਕੇਟ ਫੀਸ ਹੈਗੀ। ਇਸ ਤੋਂ ਬਾਅਦ ਐਵੇਂ ਹੀ ਆ, ਜਿੱਦਾਂ ਤੁਸੀਂ ਹੁਣ ਮੰਨ ਲਓ ਤੁਸੀਂ ਆਪਦਾ ਜਨਮ ਮਿਤੀ ਠੀਕ ਕਰਾਉਣੀ ਹੈ, ਜਨਮ ਮਿਤੀ ਲਈ ਤੁਹਾਨੂੰ ਆਪਦਾ ਸਰਟੀਫਿਕੇਟ ਜਿਹੜਾ ਹੈਗਾ ਉਹ ਤਾਂ ਨਾਲ ਲਾਉਣਾ ਹੀ ਪੈਣਾ, ਪਲੱਸ ਨਾਲ ਉਹਦੇ ਤੁਹਾਨੂੰ ਜਿਹੜਾ ਤੁਹਾਡੇ 'ਤੇ ਨਾਮ ਠੀਕ ਨੇ ਜਿੱਦਾਂ ਸੋਰੀ ਠੀਕ ਨੇ ਜਿਹਦੇ 'ਤੇ ਜਨਮ ਮਿਤੀ ਉਹ ਨਾਲ ਲਾਉਣੇ ਪੈਣੇ ਆ ਤੁਹਾਨੂੰ। ਫੀਸ ਉਹੀ ਆ ਪ੍ਰਤੀ, ਮਤਲਬ ਹਰੇਕ ਦਾ ਹੋ ਸਕਦਾ, ਜਿਵੇਂ 8ਵੀਂ 'ਤੇ ਕਰਾਉਣਾ, 10ਵੀਂ 'ਤੇ ਕਰਾਉਣਾ, ਉਹ ਪ੍ਰਤੀ 1200 ਹੋ ਗਿਆ, ਹੈ ਨਾ। ਅਤੇ ਇਹ ਤੋਂ ਬਾਅਦ ਦੇਖੋ ਪੰਜਾਬੀ ਦੇ ਵਿੱਚ ਨਾਮ ਗਲਤ ਆ ਜਾਂ ਇੰਗਲਿਸ਼ ਦੇ ਵਿੱਚ ਨਾਮ ਗਲਤ ਆ, ਉਹ ਹਰ ਇੱਕ ਕੈਟਾਗਰੀ ਲਈ ਥੱਲੇ ਸਪੈਸ਼ਲ ਦਸਤਾਵੇਜ਼ ਦਿੱਤੇ ਹੋਏ ਆ, ਉਹ ਤੁਸੀਂ ਜ਼ਰੂਰ ਪੜ੍ਹ ਲਿਓ ਕਿਹੜੇ ਕਿਹੜੇ ਲੱਗਣਗੇ। ਪਹਿਲੇ ਨੰਬਰ 'ਤੇ ਤੁਹਾਨੂੰ ਸਮਝਾਉਣਾ, ਇਹ ਫਾਰਮ ਭਰਨ ਤੋਂ ਬਾਅਦ ਆਪਦੇ ਸਕੂਲ ਦੇ ਪ੍ਰਿੰਸੀਪਲ ਤੋਂ ਸੈਨ ਕਰਾਉਣੇ ਨੇ। ਸੈਨ ਕਰਾਉਣ ਦੇ ਨਾਲ ਨਾਲ ਜਿਹੜੇ ਡਾਕੂਮੈਂਟ ਤੁਸੀਂ ਨਾਲ ਲਾਓਗੇ ਉਹ ਸਾਰੇ ਵੈਰੀਫਾਈ ਕਰਾਉਣੇ ਨੇ ਪਹਿਲਾਂ, ਠੀਕ ਆ। ਉਸ ਤੋਂ ਬਾਅਦ ਇਹ ਫੀਸ ਭਰਨ ਲਈ ਨੇੜੇ ਦੇ ਜਿਹੜੇ ਤੁਹਾਨੂੰ ਦੱਸਿਆ ਵੀ ਜ਼ਿਲ੍ਹਾ ਖੇਤਰੀ ਕੇਂਦਰ ਹੋਊ ਉੱਥੇ ਜਾਣਾ ਗਾ, ਉੱਥੇ ਸਰਟੀਫਿਕੇਟ ਦਿਓਗੇ, ਉਹ ਤੁਹਾਨੂੰ ਰਸੀਦ ਕੱਟ ਕੇ ਦੇਣਗੇ, ਰਸੀਦ ਜਦੋਂ ਕੱਟੀ ਗਈ। ਇੱਕ ਗੱਲ ਦਾ ਜ਼ਰੂਰ ਧਿਆਨ ਦਿਓ, ਜਿਹੜਾ ਸਰਟੀਫਿਕੇਟ ਤੁਸੀਂ ਨਾਲ ਲਾਓਗੇ ਵਾਪਸ ਨਹੀਂ ਆਉਣਾ, ਇੱਕ ਵਾਰ ਉਹਦੀ ਫੋਟੋ ਕਾਪੀ ਜ਼ਰੂਰ ਕਰ ਲਿਓ, ਹੈ ਨਾ। ਉਹ ਡਾਕੂਮੈਂਟ ਤੁਸੀਂ ਉੱਥੇ ਜਮ੍ਹਾਂ ਕਰਵਾਏ ਹੋ, ਰਸੀਦ ਦੇ ਦੇਣਗੇ, ਜਿਹੜੀ ਵੀ ਸ਼ੋਧ ਕਰਨੀ ਹੋਊ ਹੋਣ ਤੋਂ ਬਾਅਦ ਤੁਹਾਡੇ ਡਾਕ ਰਾਹੀਂ ਤੁਹਾਡੇ ਘਰ ਆ ਜਾਏਗਾ, ਠੀਕ ਆ। ਜਿਹੜੀ ਥੱਲੇ ਡਿਟੇਲ ਇੱਕ ਕੋਲਮ ਦਿੱਤਾ ਹੋਇਆ ਮੈਂ ਇੱਥੇ ਸ਼ੋਅ ਕਰ ਦੇਣਾ, ਉਹ ਕੋਲਮ ਦੇ ਉੱਤੇ ਤੁਸੀਂ ਐਡਰੈਸ ਆਪਦਾ ਸਹੀ ਪਾਉਣਾ, ਮੋਬਾਈਲ ਨੰਬਰ ਉਹ ਪਾਇਓ ਜਿਹੜਾ ਨੰਬਰ ਚੱਲਦਾ, ਕਿਉਂਕਿ ਜਦੋਂ ਵੀ ਡਾਕ ਆਏਗੀ ਤਾਂ ਤੁਹਾਨੂੰ ਕੌਲ ਆ ਸਕੇ। ਆਹ ਦੇਖੋ ਇਕੱਲੀ ਇਕੱਲੀ ਡਿਟੇਲ ਦਿੱਤੀ ਹੋਈ ਆ ਵੀ ਕਿਹਦੇ ਲਈ ਕੀ ਡਾਕੂਮੈਂਟ ਲੱਗੇਗਾ, ਜੇ ਤੁਸੀਂ ਨਾਮ ਅਪਡੇਟ ਕਰਾਉਣਾ, ਜੇ ਮਾੜੀ ਜਿਹੀ ਦਰੁਸਤੀ ਕਰਾਉਣੀ ਹੈ, ਐਡ ਕਰਾਉਣਾ, ਜਾਂ ਮੰਨ ਲਓ ਕੋਈ ਮਤਲਬ ਬੇਟਾ ਕਿਸੇ ਅਡੋਪਟ ਕਰ ਲੈਂਦੇ ਆ, ਹੈ ਨਾ, ਅਡੋਪਟ ਕਰਨ ਤੋਂ ਬਾਅਦ ਉਹਦੇ ਨਾਮ 'ਚ ਬਦਲੀ ਕਰਾਉਣਾ, ਪਿਤਾ ਦਾ ਨਾਮ ਬਦਲੀ ਕਰਾਉਣਾ, ਉਹਦੇ ਲਈ ਵੀ ਸਪੈਸ਼ਲ ਡਾਕੂਮੈਂਟ ਜੋ ਜੋ ਨੇ ਉਹ ਦਿੱਤੇ ਹੋਏ ਆ। ਆਹ ਸ਼੍ਰੇਣੀ ਲਈ ਦੇਖੋ ਬਦਲਾ ਦਸਤਾਵੇਜ਼ ਸਾਰੇ A to Z ਡਿਟੇਲ ਇਹਨਾਂ ਨੇ ਦਿੱਤੀ ਹੋਈ ਹੈ। ਅਤੇ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸਣਾ, ਇੱਦਾਂ ਨਾ ਜਿੱਥੇ ਅਸਲ ਸਰਟੀਫਿਕੇਟ ਜਿਹੜਾ ਨਾਲ ਲਾਓਗੇ ਨਾ, ਜਨਮ ਸਰਟੀਫਿਕੇਟ ਜਿੱਥੇ ਲੱਗੂਗਾ ਉਹ ਵਾਪਸ ਨਹੀਂ ਹੋਏਗਾ। ਤਾਂ ਕਿਰਪਾ ਕਰਕੇ ਜਦੋਂ ਵੀ ਤੁਸੀਂ ਜਨਮ ਸਰਟੀਫਿਕੇਟ ਦੇ ਨਾਲ ਲਾਓ ਅਤੇ ਇਹਦੀ ਕਾਪੀ ਫੋਟੋ ਕਾਪੀ ਕਰਾ ਲਓ, ਜਾਂ ਜਨਮ ਸਰਟੀਫਿਕੇਟ ਦੀਆਂ 2 ਫਾਈਲਾਂ ਸੇਵਾ ਕੇਂਦਰ 'ਚੋਂ ਲੈ ਸਕਦੇ ਹੋ ਤੁਸੀਂ। ਇਹ ਡਿਟੇਲ ਤੁਸੀਂ ਸਾਰੀ ਪੜ੍ਹ ਲਓ ਪਹਿਲਾਂ, ਥੱਲੇ ਫਾਰਮ ਸਾਰਾ ਡਾਊਨਲੋਡ ਹੋ ਜਾਏਗਾ, 6 ਪੇਜ ਦਾ ਫਾਰਮ ਆ। ਪਹਿਲੇ 1 ਪੇਜ ਦੇ ਉੱਤੇ ਤੁਹਾਨੂੰ ਫਾਰਮ ਭਰਨਾ ਪੈਣਾ, ਦੂਜੇ ਸਾਰੇ ਪੇਜਾਂ ਦੇ ਉੱਤੇ ਡਿਟੇਲ ਦਿੱਤੀ ਵੀ ਇਕੱਲਾ ਇਕੱਲਾ ਵੇਰਵਾ। ਵੈਸੇ ਮੈਂ ਤੁਹਾਨੂੰ ਸਾਰੀ ਡਿਟੇਲ ਦੱਸਤੀ ਆ, ਸਾਰੀ ਹਰ ਇੱਕ ਚੀਜ਼ ਵੀ ਕਿੱਦਾਂ ਕਿੱਦਾਂ ਕਰ ਸਕਦੇ ਹੋ, ਕਿਹੜੇ ਕਿਹੜੇ ਡਾਕੂਮੈਂਟ ਲੱਗਣਗੇ, ਕਿਹਦੇ ਤੋਂ ਵੈਰੀਫਾਈ ਕਰਾ ਕੇ ਕਿੱਥੇ ਫੀਸ ਭਰਨੀ ਆ। ਤੁਹਾਨੂੰ ਮੋਹਾਲੀ ਜਾਣ ਦੀ ਜ਼ਰੂਰਤ ਨਹੀਂ ਹੈ, ਪੰਜਾਬ ਬੋਰਡ ਦਾ ਕੋਈ ਵੀ 10ਵੀਂ 12ਵੀਂ ਜਿਹੜੇ ਜਿਹੜੇ ਡਾਕੂਮੈਂਟ 'ਤੇ ਨਾਮ ਗਲਤ ਆ ਉਹ ਤੁਸੀਂ ਆਪਦੇ ਜ਼ਿਲ੍ਹਾ ਦੇ ਖੇਤਰੀ ਕੇਂਦਰ ਦੇ ਵਿੱਚ ਕਰਵਾ ਸਕਦੇ ਹੋ। ਸਿੰਪਲ ਤਰੀਕਾ, ਇਹਦੀ ਫੀਸ ਤੁਹਾਨੂੰ ਦਿੱਤੀ ਹੋਈ ਆ। ਜੇ ਕੋਈ ਹੋਰ ਸੋਧ ਕਰਾਉਣੀ ਆ, ਹਰੇਕ ਚੀਜ਼ ਦੀ ਇਨਫੋਰਮੇਸ਼ਨ ਹੈ ਇਹਦੇ ਉੱਤੇ, ਠੀਕ ਹੈ। ਇੱਕ ਵਾਰੀ ਫਾਰਮ ਡਾਊਨਲੋਡ ਕਰ ਲਿਓ ਤੁਸੀਂ। ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ। ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਅਤੇ ਪਲੀਜ਼ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਵੀਡੀਓ ਤੋਂ ਕੋਈ ਹੋਰ ਵੀ ਫਾਇਦਾ ਲੈ ਸਕੇ। ਧੰਨਵਾਦ ਜੀ।